ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀ ਤੇ ਦੋਸਤੋ ਅੱਜ ਦੀ ਵੀਡੀਓ 'ਚ ਫਿਜ਼ਿਕਸ ਦੇ ਲਾਈਟ ਚੈਪਟਰ ਦੇ ਬੈਸਟ 100 MCQ ਦਾ ਪਾਰਟ 2 ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਇਸ ਦਾ ਫਰਸਟ ਪਾਰਟ ਅਪਲੋਡ ਹੋ ਚੁੱਕਿਆ ਜੀ ਜੇਕਰ ਤੁਸੀਂ ਇਸ ਦਾ ਫਰਸਟ ਪਾਰਟ ਨਹੀਂ ਵੇਖਿਆ ਤਾਂ ਉਸ ਦਾ ਲਿੰਕ ਤੁਹਾਨੂੰ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੇਗਾ ਉੱਥੋਂ ਜਾ ਕੇ ਤੁਸੀਂ ਇਹ ਵੀਡੀਓ ਵੇਖ ਸਕਦੇ ਹੋ ਹਾਂਜੀ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਹਾਂਜੀ ਸਟਾਰਟ ਕਰਦੇ ਹਾਂ ਸਾਡੇ ਫਰਸਟ ਕੁਐਸਚਨ ਤੋਂ ਹੇਠ ਲਿਖਿਆਂ ਵਿੱਚੋਂ ਕਿਹੜੇ ਰੰਗ ਦੀ ਤਰੰਗ ਲੰਬਾਈ ਸਭ ਤੋਂ ਜ਼ਿਆਦਾ ਹੁੰਦੀ ਹੈ ਹਾਂਜੀ ਸਭ ਤੋਂ ਜ਼ਿਆਦਾ ਵੇਵ ਲੈਂਥ ਆਪਾਂ ਦੱਸਣੀ ਹੈ ਤਾਂ ਸਭ ਤੋਂ ਜ਼ਿਆਦਾ ਵੇਵ ਲੈਂਥ ਹੁੰਦੀ ਹੈ ਜੀ ਰੈੱਡ ਕਲਰ ਦੀ ਇਸ ਕੁਐਸਚਨ ਦਾ ਸੀ ਆਪਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਲਾਲ ਅੱਛਾ ਜੇਕਰ ਪੁੱਛਿਆ ਜਾਵੇ ਕਿ ਸਭ ਤੋਂ ਘੱਟ ਤਰੰਗ ਲੰਬਾਈ ਕਿਸ ਦੀ ਹੁੰਦੀ ਹੈ ਸਭ ਤੋਂ ਘੱਟ ਵੇਵ ਲੈਂਥ ਕਿੰਦੀ ਹੁੰਦੀ ਹੈ ਤਾਂ ਸਭ ਤੋਂ ਘੱਟ ਵੇਵ ਲੈਂਥ ਹੁੰਦੀ ਹੈ ਜੀ ਬੈਂਗਨੀ ਕਲਰ ਦੀ ਜੇਕਰ ਆਪਣੇ ਕੋਲੋਂ ਪੁੱਛਿਆ ਜਾਵੇ ਕਿ ਸਭ ਤੋਂ ਜ਼ਿਆਦਾ ਲਾਈਟ એનર્ਜੀ ਕਿੰਦੀ ਹੁੰਦੀ ਹੈ ਤਾਂ ਸਭ ਤੋਂ ਜ਼ਿਆਦਾ ਲਾਈਟ એનર્ਜੀ ਹੁੰਦੀ ਹੈ ਜੀ ਬੈਂਗਨੀ ਕਲਰ ਦੀ ਤੇ ਜੇਕਰ ਪੁੱਛਿਆ ਜਾਵੇ ਸਭ ਤੋਂ ਘੱਟ ਲਾਈਟ એનર્ਜੀ ਕਿਸ ਦੀ ਹੁੰਦੀ ਹੈ ਤਾਂ ਸਭ ਤੋਂ ਘੱਟ ਲਾਈਟ એનર્ਜੀ ਹੁੰਦੀ ਹੈ ਜੀ ਰੈੱਡ ਕਲਰ ਦੀ ਰੈੱਡ ਕਲਰ ਦੀ ਵੇਵ ਲੈਂਥ ਜ਼ਿਆਦਾ ਹੁੰਦੀ ਹੈ ਸਭ ਤੋਂ ਤੇ ਲਾਈਟ એનર્ਜੀ ਸਭ ਤੋਂ ਘੱਟ ਹੁੰਦੀ ਹੈ ਇਸ ਦੇ ਉਲਟ ਬੈਂਗਨੀ ਕਲਰ ਦੀ ਗੱਲ ਕਰੀਏ ਤਾਂ ਬੈਂਗਨੀ ਕਲਰ ਦੀ ਵੇਵ ਲੈਂਥ ਸਭ ਤੋਂ ਘੱਟ ਹੁੰਦੀ ਹੈ ਤੇ ਲਾਈਟ એનર્ਜੀ ਸਭ ਤੋਂ ਜ਼ਿਆਦਾ ਹੁੰਦੀ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ 8 ਲਿਖਿਆਂ ਵਿੱਚੋਂ ਕਿਹੜਾ ਪ੍ਰਾਇਮਰੀ ਰੰਗ ਨਹੀਂ ਹੈ ਹਾਂਜੀ ਪ੍ਰਾਇਮਰੀ ਰੰਗ ਕਿਹੜੇ ਹੁੰਦੇ ਨੇ ਆਰ ਜੀ ਬੀ ਆਰ ਜੀ ਬੀ ਤਿੰਨ ਕਲਰ ਹੁੰਦੇ ਨੇ ਜੀ ਪ੍ਰਾਇਮਰੀ ਕਿਹੜੇ-ਕਿਹੜੇ ਰੈੱਡ ਗ੍ਰੀਨ ਤੇ ਬਲੂ ਆਪਾਂ ਕੀ ਦੱਸਣਾ ਹੈ 8 ਲਿਖਿਆਂ ਵਿੱਚੋਂ ਕਿਹੜਾ ਪ੍ਰਾਇਮਰੀ ਰੰਗ ਨਹੀਂ ਹੈ ਤੇ ਕਿਹੜਾ ਨਹੀਂ ਹੈ ਜੀ ਪਿੱਲਾ অপਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਡਾਇਓਪਟਰ ਕਿਸ ਦੀ ਇਕਾਈ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਜੀ ਡਾਇਓਪਟਰ ਕਿਸ ਦੀ ਇਕਾਈ ਹੁੰਦੀ ਹੈ ਜੀ ਲੈਂਜ ਦੀ ਸ਼ਕਤੀ ਦੀ অপਸ਼ਨ 1st ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਲੈਂਜ ਦੀ ਯੋਗਤਾ ਜਾਂ ਲੈਂਜ ਦੀ ਸ਼ਕਤੀ ਦੀ ਇਕਾਈ ਕੀ ਹੁੰਦੀ ਹੈ ਡਾਇਓਪਟਰ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਕਿਹੜਾ ਲੈਂਜ ਵਿਚਕਾਰੋਂ ਪਤਲਾ ਤੇ ਸਿਰਿਆਂ ਤੋਂ ਮੋਟਾ ਹੁੰਦਾ ਹੈ ਇਹ ਕੁਸ਼ਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਕਿਹੜਾ ਲੈਂਜ ਵਿਚਕਾਰੋਂ ਪਤਲਾ ਤੇ ਸਿਰਿਆਂ ਤੋਂ ਮੋਟਾ ਹੁੰਦਾ ਹੈ ਇਹ ਹੁੰਦਾ ਹੈ ਜੀ ਅਵਤਲ ਲੈਂਜ অপਸ਼ਨ B ਹੈ ਜਿਹੜਾ ਆਪਣਾ ਕੋਰੈਕਟ ਹੋ ਜਾਵੇਗਾ ਇਸ ਦੇ ਉਲਟ ਜੇਕਰ ਆਪਣੇ ਕੋਲ ਪੁੱਛਿਆ ਜਾਵੇ ਕਿ ਕਿਹੜਾ ਲੈਂਜ ਵਿਚਕਾਰੋਂ ਮੋਟਾ ਤੇ ਸਿਰਿਆਂ ਤੋਂ ਪਤਲਾ ਹੁੰਦਾ ਹੈ ਤਾਂ ਉਸ ਦਾ ਆਨਸਰ ਕੀ ਹੋ ਜਾਵੇਗਾ অপਸ਼ਨ ਨੰਬਰ 1 ਫਸਟ ਉਤਲ ਲੈਂਜ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਦੂਰ ਦ੍ਰਿਸ਼ਟੀ ਰੋਗ ਤੋਂ ਪੀੜਿਤ ਵਿਅਕਤੀ ਦੇ ਚਸ਼ਮੇ ਵਿੱਚ ਕਿਹੜਾ ਲੈਂਜ ਪ੍ਰਯੋਗ ਕੀਤਾ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਹਾਂਜੀ ਦੂਰ ਦ੍ਰਿਸ਼ਟੀ ਰੋਗ ਤੋਂ ਪੀੜਿਤ ਵਿਅਕਤੀ ਦੇ ਚਸ਼ਮੇ ਵਿੱਚ ਆਪਾਂ ਕਿਹੜਾ ਲੈਂਜ ਪ੍ਰਯੋਗ ਕਰਦੇ ਹਾਂ ਉਤਲ ਲੈਂਜ অপਸ਼ਨ 1 ਫਸਟ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਹਾਂਜੀ ਦੂਰ ਦ੍ਰਿਸ਼ਟੀ ਰੋਗ ਹੁੰਦਾ ਕੀ ਹੈ ਦੂਰ ਦ੍ਰਿਸ਼ਟੀ ਰੋਗ ਵਿੱਚ ਵਿਅਕਤੀ ਨੂੰ ਦੂਰ ਦੀਆਂ ਵਸਤੂਆਂ ਤਾਂ ਸਾਫ਼ ਵਿਖਾਈ ਦਿੰਦੀਆਂ ਨੇ ਪਰ ਨੇੜੇ ਦੀਆਂ ਵਸਤੂਆਂ ਸਾਫ਼ ਵਿਖਾਈ ਨਹੀਂ ਦਿੰਦੀਆਂ ਉਸ ਰੋਗ ਨੂੰ ਆਪਾਂ ਕੀ ਕਹਿੰਦੇ ਆ ਦੂਰ ਦ੍ਰਿਸ਼ਟੀ ਰੋਗ ਹਾਂਜੀ ਕਾਫੀ ਸਟੂਡੈਂਟ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਦੂਰ ਦ੍ਰਿਸ਼ਟੀ ਲਈ ਆਪਾਂ ਕਿਹੜਾ ਲੈਂਸ ਵਰਤਦੇ ਆ ਤੇ ਨਿਕਟ ਦ੍ਰਿਸ਼ਟੀ ਲਈ ਆਪਾਂ ਕਿਹੜਾ ਲੈਂਸ ਵਰਤਦੇ ਆ ਤਾਂ ਇਸ ਨੂੰ ਆਪਾਂ ਟ੍ਰਿਕ ਦੇ ਨਾਲ ਯਾਦ ਕਰ ਲੈਣੇ ਆ ਇੱਕ ਹੁੰਦਾ ਜੀ ਦੂਰ ਦ੍ਰਿਸ਼ਟੀ ਤੇ ਇੱਕ ਹੁੰਦਾ ਹੈ ਨਿਕਟ ਦ੍ਰਿਸ਼ਟੀ ਇਹਨਾਂ ਦੇ ਆਪਾਂ ਅੱਖਰ ਕਾਊਂਟ ਕਰ ਲੈਣੇ ਆ ਦੂਰ ਚ ਅੱਖਰ ਕਿੰਨੇ ਨੇ 2 ਤੇ ਨਿਕਟ ਚ ਕਿੰਨੇ ਨੇ 1 2 3 ਇਸੇ ਤਰ੍ਹਾਂ ਆਪਾਂ ਲੈਂਜ ਵਿੱਚ ਵੀ ਅੱਖਰ ਕਾਊਂਟ ਕਰ ਲੈਨੇ ਆ ਉੱਤਲ ਵਿੱਚ ਨੇ 3 ਤੇ ਨਿਕਟ ਵਿੱਚ ਨੇ ਸੌਰੀ ਅਫਤਲ ਵਿੱਚ ਨੇ 4 ਹੁਣ ਚਿਹਰੀ ਰੋਗ ਵਿੱਚ ਕਟ ਅੱਖਰ ਹੋਣਗੇ ਉਸ ਦੇ ਲਈ ਆਪਾਂ ਕਟ ਅੱਖਰ ਵਾਲਾ ਲੈਂਜ ਯੂਜ਼ ਕਰਾਂਗੇ ਜਿਵੇਂ ਕਿ ਦੂਰ ਵਿੱਚ ਦੋ ਅੱਖਰ ਨੇ ਤੇ ਲੈਂਜ ਦੀ ਗੱਲ ਕਰੀਏ ਤਾਂ ਉੱਤਲ ਤੇ ਅਫਤਲ ਵਿੱਚ ਉੱਤਲ ਦੇ ਤਿੰਨ ਅੱਖਰ ਨੇ ਇਸ ਲਈ ਦੂਰ ਦ੍ਰਿਸ਼ਟੀ ਲਈ ਆਪਾਂ ਉੱਤਲ ਲੈਂਸ ਯੂਜ਼ ਕਰਾਂਗੇ ਇਸੇ ਤਰ੍ਹਾਂ ਨਿਕਟ ਵਿੱਚ ਤਿੰਨ ਅੱਖਰ ਨੇ ਤੇ ਲੈਂਸ ਵਿੱਚ ਗੱਲ ਕਰੀਏ ਤਾਂ ਲੈਂਸ ਵਿੱਚ ਸਭ ਤੋਂ ਜ਼ਿਆਦਾ ਨੇ ਅਵਤਲ ਵਿੱਚ ਯਾਨੀ ਕਿ 4 ਤੇ ਜ਼ਿਆਦਾ ਅੱਖਰ ਦੇ ਨਾਲ ਆਪਾਂ ਜ਼ਿਆਦਾ ਅੱਖਰ ਵਾਲੇ ਲੈਂਸ ਦਾ ਉਪਯੋਗ ਕਰਾਂਗੇ ਫਿਰ ਤੋਂ ਰਿਪੀਟ ਕਰ ਦਿੰਨੇ ਆ ਜਿਸ ਦੂਸ ਵਿੱਚ ਅੱਖਰ ਘਟ ਨੇ ਉਸ ਦੇ ਲਈ ਆਪਾਂ ਘਟ ਅੱਖਰ ਵਾਲੇ ਲੈਂਸ ਦਾ ਉਪਯੋਗ ਕਰਾਂਗੇ ਜਿਵੇਂ ਦੂਰ ਵਿੱਚ ਦੋ ਅੱਖਰ ਨੇ ਤੇ ਲੈਂਸ ਦੀ ਗੱਲ ਕਰੀਏ ਤਾਂ ਉੱਤਲ ਵਿੱਚ ਤਿੰਨ ਅੱਖਰ ਨੇ ਤਾਂ ਦੂਰ ਦ੍ਰਿਸ਼ਟੀ ਲਈ ਉੱਤਲ ਲੈਂਸ ਤੇ ਨਿਕਟ ਦ੍ਰਿਸ਼ਟੀ ਲਈ ਅਵਤਲ ਲੈਂਸ ਨੈਕਸਟ ਕੁਐਸਚਨ ਵੱਲ ਚਲਦੇ ਆਂ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੈ ਨਿਕਟ ਦ੍ਰਿਸ਼ਟੀ ਰੋਗ ਤੋਂ ਪੀੜਤ ਵਿਅਕਤੀ ਦੇ ਚਸ਼ਮੇ ਵਿੱਚ ਕਿਹੜਾ ਲੈਂਸ ਪ੍ਰਯੋਗ ਕੀਤਾ ਜਾਂਦਾ ਹੈ ਹੁਣ ਇਹ ਆਪਾਂ ਟ੍ਰਿਕ ਦੇ ਨਾਲ ਯਾਦ ਕੀਤਾ ਹੈ ਨਿਕਟ ਵਿੱਚ ਕਿੰਨੇ ਅੱਖਰ ਨੇ 3 ਹੁਣ ਆਪਾਂ ਲੈਂਸ ਵਿੱਚ ਵੇਖਣਾ ਹੈ ਉਤਲ ਵਿੱਚ ਕਿੰਨੇ ਅੱਖਰ ਨੇ 3 ਤੇ ਅਵਤਲ ਵਿੱਚ ਕਿੰਨੇ ਨੇ 4 ਹੁਣ ਇਹ ਆਪਾਂ ਪੜਿਆ ਸੀ ਕਿ ਜ਼ਿਆਦਾ ਅੱਖਰ ਹੋਣਗੇ ਜਿਸ ਦੋਸਤ ਵਿੱਚ ਆਪਾਂ ਉਸ ਲਈ ਜ਼ਿਆਦਾ ਅੱਖਰ ਵਾਲਾ ਲੈਂਸ ਯੂਜ਼ ਕਰਾਂਗੇ ਤਾਂ ਨਿਕਟ ਦੇ ਲਈ ਆਪਾਂ ਕਿਹੜਾ ਯੂਜ਼ ਕਰਾਂਗੇ ਅਵਤਲ ਲੈਂਸ ਨੈਕਸਟ ਕੁਐਸਚਨ ਵੱਲ ਚਲਦੇ ਆਂ ਦੂਰ ਦ੍ਰਿਸ਼ਟੀ ਦੋਸਤੋਂ ਪੀੜਿਤ ਵਿਅਕਤੀ ਨੂੰ ਚਾਰ ਆਪਸ਼ਨ ਦਿੱਤੇ ਹੋਏ ਨੇ ਫਸ ਦਿੱਤਾ ਜੇ ਦੂਰ ਦੀਆਂ ਵਸਤੂਆਂ ਦਿਖਾਈ ਨਹੀਂ ਦਿੰਦੀਆਂ ਸੈਕੰਡ ਹੈਗਾ ਜੇ ਨਿਕਟ ਜਾਂ ਨੇੜੇ ਦੀਆਂ ਵਸਤੂਆਂ ਦਿਖਾਈ ਨਹੀਂ ਦਿੰਦੀਆਂ ਸੀ ਆਪਸ਼ਨ ਦਿੱਤਾ ਜੀ ਵਸਤੂ ਤਿਰਛੀ ਦਿਖਾਈ ਦਿੰਦੀ ਹੈ ਤੇ ਡੀ ਦਿੱਤਾ ਵਸਤੂ ਉਲਟੀ ਦਿਖਾਈ ਦਿੰਦੀ ਹੈ ਹੁਣ ਇਹ ਆਪਾਂ ਕੀਤਾ ਹੈ ਦੂਰ ਦ੍ਰਿਸ਼ਟੀ ਦੋਸਤ ਵਿੱਚ ਕੀ ਹੁੰਦਾ ਜੀ ਵਿਅਕਤੀ ਨੂੰ ਦੂਰ ਦੀਆਂ ਵਸਤੂਆਂ ਤਾਂ ਸਾਫ਼ ਵਿਖਾਈ ਦਿੰਦੀਆਂ ਨੇ ਪਰ ਨੇੜੇ ਦੀਆਂ ਵਸਤੂਆਂ ਸਾਫ਼ ਵਿਖਾਈ ਨਹੀਂ ਦਿੰਦੀਆਂ ਤਾਂ ਆਪਸ਼ਨ ਬੀ ਹੈ ਜਿਹੜਾ ਆਪਣਾ ਕੋਰेक्ट ਹੋ ਜਾਵੇਗਾ ਨੇੜੇ ਦੀਆਂ ਵਸਤੂਆਂ ਦਿਖਾਈ ਨਹੀਂ ਦਿੰਦੀਆਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜਦੋਂ ਪ੍ਰਕਾਸ਼ ਦੀ ਕਿਰਨ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਵੱਲ ਜਾਂਦੀ ਹੈ ਤਾਂ ਉਹ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਜੀ ਇੱਕ ਸਿੱਧੀ ਰੇਖਾ ਵਿੱਚ ਚਲੀ ਜਾਂਦੀ ਹੈ ਸੈਕੰਡ ਦਿੱਤਾ ਹੈ ਅਭिलं ਵੱਲ ਮੁੜ ਜਾਂਦੀ ਹੈ ਥਰਡ ਆਪਸ਼ਨ ਹੈਗਾ ਅਭिलं ਤੋਂ ਦੂਰ ਹੋ ਜਾਂਦੀ ਹੈ ਤੇ ਫੋਰਥ ਹੈਗਾ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਜਦੋਂ ਪ੍ਰਕਾਸ਼ ਦੀ ਕਿਰਨ विरले ਤੋਂ ਸੰਘਣੇ ਮਾਧਿਅਮ ਵਿੱਚ ਜਾਂਦੀ ਹੈ ਜਿਵੇਂ ਕਿ ਆ ਕੋਈ ਸਲੇਵ ਹੈਗੀ ਹੈ ਕੱਚ ਦੀ ਜਦੋਂ ਪ੍ਰਕਾਸ਼ ਵਿਰਲੇ ਤੋਂ ਆ ਇੱਕ ਨੋਰਮਲ ਡਰਾਗਿਤ ਹੈ ਵਿਰਲੇ ਤੋਂ ਸੰਘਣੇ ਵਿੱਚ ਜਾਂਦਾ ਹੈ ਤਾਂ ਕਿ ਹੈ ਜਿਹੜੀ ਕਿਰਨ ਹੁੰਦੀ ਹੈ ਉਹ ਨੋਰਮਲ ਵੱਲ ਮੁੜ ਜਾਂਦੀ ਹੈ ਯਾਨੀ ਕਿ ਅਬਿਲੰਭ ਵੱਲ ਮੁੜ ਜਾਂਦੀ ਹੈ ਇਸ ਦੇ ਉਲਟ ਜਦੋਂ ਸੰਘਣੇ ਤੋਂ ਵਿਰਲੇ ਜਾਂਦੀ ਹੈ ਤਾਂ ਅਬਿਲੰਭ ਤੋਂ ਦੂਰ ਹੋ ਜਾਂਦੀ ਹੈ ਤਾਂ ਇਸ ਕੁਐਸਚਨ ਦਾ கரੈਕਟ ਆਨਸਰ ਆਪਣਾ ਹੋ ਜਾਏਗਾ ਜੀ অপਸ਼ਨ ਨੰਬਰ ਬੀ ਅਬਿਲੰਭ ਵੱਲ ਮੁੜ ਜਾਂਦੀ ਹੈ ਜੇਕਰ ਪੁੱਛਿਆ ਜਾਵੇ ਕਿ ਸੰਗਣੇ ਤੋਂ ਵਿਰਲੇ ਮਾਧਿਅਮ ਵਿੱਚ ਜਾਂਦੀ ਤਾਂ ਪ੍ਰਕਾਸ਼ ਦੀ ਗਰਨ ਨਾਲ ਕੀ ਹੁੰਦਾ ਜੀ ਉਹ ਅਬਿਲੰਭ ਤੋਂ ਦੂਰ ਹੋ ਜਾਂਦੀ ਹੈ ਉਦੋਂ ਆਪਣਾ ਆਪਸ਼ਨ ਸੀ ਹੋਣਾ ਸੀ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਖਗੋਲੀ ਤਰਬੀਨ ਕਿਸ ਨੇ ਬਣਾਈ ਸੀ ਚਾਰ ਆਪਸ਼ਨ ਦਿੱਤੇ ਨੇ ਫਸਟ ਹੈਗਾ ਗੈਲੀਲੀਓ ਸੈਕੰਡ ਦਿੱਤਾ ਜੀ ਕੈਪਲਰ ਥਰਡ ਹੈਗਾ ਨਿਊਟਨ ਤੇ ਫੋਰਥ ਦਿੱਤਾ ਰਦਰਫੋਰਡ ਹਾਂਜੀ ਸਾਰਿਆਂ ਨੂੰ ਪਤਾ ਹੈ ਖਗੋਲੀ ਤਰਬੀਨ ਕਿਸ ਨੇ ਬਣਾਈ ਸੀ ਆਪਸ਼ਨ ਫਸਟ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਗੈਲੀਲੀਓ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਸੰਯੁਕਤ ਸੁਖਮ ਦਰਸ਼ੀ ਵਿੱਚ ਕੱਟ ਫੋਕਸ ਦੂਰੀ ਵਾਲਾ ਉੱਤਲ ਲੈਂਜ ਹੁੰਦਾ ਹੈ ਚਾਰ ਆਪਸ਼ਨ ਦਿੱਤੇ ਨੇ ਫਸ ਦਿੱਤਾ ਹੈ ਨੇਤਰਿਕਾ ਲੈਂਜ ਸੈਕੰਡ ਦਿੱਤਾ ਜੀ ਵਡਦਰਸ਼ੀ ਲੈਂਜ ਥਰਡ ਆਪਸ਼ਨ ਹੈਗਾ ਆਬਜੈਕਟਿਵ ਲੈਂਜ ਜਾਂ ਇਸ ਨੂੰ ਆਪਾਂ ਕਹਿ ਸਕਦੇ ਹਾਂ ਵਸਤੂ ਲੈਂਜ ਤੇ ਫੋਰਥ ਦਿੱਤਾ ਹੈ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਸੁਖਮ ਦਰਸ਼ੀ ਵਿੱਚ ਦੋ ਲੈਂਜ ਵਰਤੇ ਜਾਂਦੇ ਨੇ ਇੱਕ ਹੁੰਦਾ ਜੀ ਵਸਤੂ ਲੈਂਜ ਜਾਂ ਫਿਰ ਆਬਜੈਕਟਿਵ ਲੈਂਜ ਤੇ ਸੈਕੰਡ ਹੁੰਦਾ ਜੀ ਨੇਤਰਿਕਾ ਲੈਂਜ ਵਸਤੂ ਲੈਂਜ ਹੁੰਦਾ ਉਹ ਕੱਟ ਫੋਕਸ ਦੂਰੀ ਵਾਲਾ ਹੁੰਦਾ ਹੈ ਜਿਨੂੰ ਆਪਾਂ ਓਬਜੈਕਟਿਵ ਲੈਂਸ ਵੀ ਕਹਿ ਸਕਦੇ ਆ ਤੇ ਸੈਕੰਡ ਹੁੰਦਾ ਜੀ ਨੈਤ੍ਰਿਕਾ ਲੈਂਸ ਉਹ ਜ਼ਿਆਦਾ ਫੋਕਸ ਦੂਰੀ ਵਾਲਾ ਹੁੰਦਾ ਤਾਂ ਕੀ ਕੁਐਸਚਨ ਪੁੱਛਿਆ ਗਿਆ ਸੰਯੁਕਤ ਸੁਖਮ ਦਰਸ਼ੀ ਵਿੱਚ ਘੱਟ ਫੋਕਸ ਦੂਰੀ ਵਾਲਾ ਉੱਤਲ ਲੈਂਸ ਹੁੰਦਾ ਹੈ ਕਿਹੜਾ ਹੁੰਦਾ ਹੈ ਜੀ ਘੱਟ ਫੋਕਸ ਦੂਰੀ ਵਾਲਾ ਓਬਜੈਕਟਿਵ ਲੈਂਸ ਜਾਂ ਫਿਰ ਵਸਤੂ ਲੈਂਸ ਤਾਂ ਇਸ ਕੁਐਸਚਨ ਦਾ ਆਪਸ਼ਨ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਓਬਜੈਕਟਿਵ ਲੈਂਸ ਨੈਕਸਟ ਕੁਐਸਚਨ ਵੱਲ ਚੱਲਦੇ ਆ ਖਗੋਲੀ ਦੁਰਵਿਨ ਵਿੱਚ ਓਬਜੈਕਟਿਵ ਲੈਂਸ ਡੈਸ਼ ਦੀ ਹੁੰਦੀ ਹੈ ਹਾਂਜੀ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਦਿੱਤਾ ਹੈ ਕੱਟ ਫੋਕਸ ਦੂਰੀ ਦਾ ਸੈਕੰਡ ਦਿੱਤਾ ਹੈ ਜ਼ਿਆਦਾ ਫੋਕਸ ਦੂਰੀ ਦਾ ਥਰਡ ਦਿੱਤਾ ਜੀ ਨਜ਼ਰ ਲੈਂਸ ਦੇ ਸਮਾਨ ਫੋਕਸ ਦੂਰੀ ਦਾ ਤੇ ਫੋਰਥੇ ਕਹਿੰਨਾ ਵਿੱਚੋਂ ਕੋਈ ਨਹੀਂ ਹੁਣ ਇਹ ਆਪਾਂ ਪੜਿਆ ਹੈ ਕਿ ਖਗੋਲੀ ਦੁਰਵੇਨ ਵਿੱਚ ਆਬਜੈਕਟਿਵ ਲੈਂਸ ਦੀ ਜਿਹੜੀ ਫੋਕਸ ਦੂਰੀ ਕਿ ਹੁੰਦੀ ਹੈ ਕੱਟ ਹੁੰਦੀ ਹੈ ਇਸ ਕੁਐਸਚਨ ਦਾ ਫਸਟ ਆਪਸ਼ਨ ਹੀ ਆਪਣਾ ਕਰੈਕਟ ਹੋ ਜਾਵੇਗਾ ਕੱਟ ਫੋਕਸ ਦੂਰੀ ਦਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਰੈਟੀਨਾ ਤੇ ਪ੍ਰਤਿਮ ਕਿੰਨੇ ਸਮੇਂ ਤੱਕ ਰਹਿੰਦਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਹਾਂਜੀ ਰੈਟੀਨਾ ਤੇ ਜਿਹੜਾ ਪ੍ਰਤਿਮ ਰਹਿੰਦਾ ਉਹ 1/16 ਸੈਕਿੰਡ ਤੱਕ ਰਹਿੰਦਾ ਹੈ। ਇਸ ਕੁਐਸਚਨ ਦਾ ਆਪਸ਼ਨ B ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਦਿੱਤਾ ਹੈ ਅਪਵਰਤਨ ਅੰਕ ਪ੍ਰਕਾਸ਼ ਦੀ ਨਿਰਵਾਯੂ ਵਿੱਚ ਚਾਲ ਅਤੇ ਮਾਧਿਅਮ ਵਿੱਚ ਪ੍ਰਕਾਸ਼ ਦੀ ਚਾਲ ਦਾ ਸਬੰਧ ਕਿਵੇਂ ਦਿਖਾਇਆ ਜਾਂਦਾ ਹੈ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਜੀ। ਅਪਵਰਤਨ ਅੰਕ ਕੀ ਹੁੰਦਾ ਜੀ? n ਕੀ ਹੁੰਦਾ? ਪ੍ਰਕਾਸ਼ ਦੀ ਨਿਰਵਾਯੂ ਵਿੱਚ ਚਾਲ ਯਾਨਕੀ C ਮਾਧਿਅਮ ਵਿੱਚ ਪ੍ਰਕਾਸ਼ ਦੀ ਚਾਲ ਯਾਨਕੀ V ਇਹ ਹੁੰਦਾ ਜੀ ਅਪਵਰਤਨ ਅੰਕ ਦਾ ਫਾਰਮੂਲਾ N C V ਤਾਂ ਇਸ ਕੁਸ਼ਚਨ ਦਾ অপਸ਼ਨ D ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਕੁਸ਼ਚਨ ਕਿਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਕਿ ਹਵਾ ਵਿੱਚ ਜਿਹੜਾ ਹਵਾ ਦਾ ਅਪਵਰਤਨ ਅੰਕ ਕਿੰਨਾ ਹੁੰਦਾ ਤਾਂ ਹਵਾ ਦਾ ਅਪਵਰਤਨ ਅੰਕ ਕਿੰਨਾ ਹੁੰਦਾ ਜੀ 에ਅਰ ਦੀ ਆਪਾਂ ਗੱਲ ਕਰੀਏ ਤਾਂ ਇਹ ਹੁੰਦਾ ਜੀ 1. 0003 ਫਿਰ ਤੋਂ ਰਿਪੀਟ ਕਰ ਦੇਣਾ ਹਵਾ ਦਾ ਅਪਵਰਤਨਕ ਹੁੰਦਾ ਹੈ 1.003 ਤੇ ਨਿਰਵਾਯੂ ਦੀ ਗੱਲ ਕਰੀਏ ਯਾਨੀ ਕਿ ਵੈਕਿਊਮ ਵਿੱਚ ਜਿਹੜਾ ਇਹਦਾ ਅਪਵਰਤਨਕ ਕਿੰਨਾ ਹੁੰਦਾ ਹੈ ਤਾਂ ਇਹ ਹੁੰਦਾ ਜੀ 1 ਤੇ ਜੇਕਰ ਪੁੱਛਿਆ ਜਾਵੇ ਪਾਣੀ ਵਿੱਚ ਤਾਂ ਪਾਣੀ ਦੀ ਗੱਲ ਕਰੀਏ ਪਾਣੀ ਦਾ ਜਿਹੜਾ ਅਪਵਰਤਨਕ ਹੁੰਦਾ ਜੀ 1.33 ਇਸੇ ਤਰ੍ਹਾਂ ਕੱਚ ਦਾ ਵੀ ਪੁੱਛਿਆ ਜਾ ਸਕਦਾ ਹੈ ਕੱਚ ਦਾ ਅਪਵਰਤਨਕ ਹੁੰਦਾ ਜੀ 1.5 ਦ ਨੈਕਸਟ ਕੁਐਸਚਨ ਵੱਲ ਚਲਦੇ ਆਂ ਹੀਰੇ ਦੀ ਚਮਕ ਦਾ ਕੀ ਕਾਰਨ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਜੀ ਹੀਰੇ ਦੀ ਚਮਕ ਦਾ ਕੀ ਕਾਰਨ ਹੁੰਦਾ ਜੀ ਸੰਪੂਰਨ ਅੰਦਰੂਨੀ ਪਰਵਰਤਨ ਯਾਨੀ ਕਿ ਟੋਟਲ ਇੰਟਰਨਲ ਰਿਫਲੈਕਸ਼ਨ ਆਪਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਤਾਰਿਆਂ ਦੇ ਟਿਮਟਿਮਾਉਣ ਦਾ ਕੀ ਕਾਰਨ ਹੈ ਤਾਂ ਤਾਰਿਆਂ ਦੇ ਟਿਮਟਿਮਾਉਣ ਦਾ ਕੀ ਕਾਰਨ ਹੁੰਦਾ ਜੀ ਪ੍ਰਕਾਸ਼ ਦਾ ਅਪਵਰਤਨ অপশন বি ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਹਾਂਜੀ ਨੈਕਸਟ ਕੁਐਸਚਨ ਹੈਗਾ ਉਸ ਵਰਤਾਰੇ ਨੂੰ ਕੀ ਕਹਿੰਦੇ ਹਨ ਜਿਸ ਕਾਰਨ ਪੈਨਸਿਲ ਨੂੰ ਪਾਣੀ ਵਿੱਚ ਡੁਬਾਉਣ ਕਾਰਨ ਪੈਨਸਿਲ ਜਿਹੜੀ ਆਪਾਂ ਨੂੰ ਟੇਢੀ ਨਜ਼ਰ ਆਉਂਦੀ ਹੈ। ਤਾਂ ਇਹ ਕਿਸ ਦੇ ਕਾਰਨ ਹੁੰਦਾ ਜੀ? ਪ੍ਰਕਾਸ਼ ਦੇ ਅਪਵਰਤਨ ਦੇ ਕਾਰਨ। অপশন B ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ। ਕਿ ਜਦੋਂ ਆਪਾਂ ਪੈਨਸਿਲ ਨੂੰ ਪਾਣੀ ਵਿੱਚ ਡੁਬਾਉਂਦੇ ਹਾਂ ਉਹ ਸਾਨੂੰ ਟੈਡੀ ਹੋਈ ਨਜ਼ਰ ਆਉਂਦੀ ਹੈ ਕਿਸ ਦੇ ਕਾਰਨ ਹੁੰਦਾ ਜੀ ਪ੍ਰਕਾਸ਼ ਦੇ ਅਪਵਰਤਨ ਦੇ ਕਾਰਨ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਹੈਗਾ ਆਪਣੇ ਤਜਰਬਿਆਂ ਰਾਹੀਂ ਇਹ ਕਿਸ ਨੇ ਖੋਜ ਕੀਤੀ ਕਿ ਸ਼ੀਸ਼ੇ ਦੇ ਪ੍ਰਿਜ਼ਮ ਦੇ ਚਿੱਟੇ ਪ੍ਰਕਾਸ਼ ਵਿੱਚ ਸੱਤ ਰੰਗ ਹੁੰਦੇ ਨੇ ਹਾਂਜੀ ਇਹ ਖੋਜ ਕੀਤੀ ਸੀ ਨਿਊਟਨ ਨੇ ਨਿਊਟਨ ਨਾਂ ਦੇ ਵਿਗਿਆਨਿਕ ਨੇ ਖੋਜ ਕੀਤੀ ਸੀ ਕਿ ਪ੍ਰਿਜ਼ਮ ਦੇ ਚਿੱਟੇ ਰੰਗ ਵਿੱਚ ਸੱਤ ਰੰਗ ਹੁੰਦੇ ਨੇ ਇਹ ਖੋਜ ਉਹਨਾਂ ਨੇ ਪ੍ਰਿਜ਼ਮ ਦੁਆਰਾ ਕੀਤੀ ਸੀ ਤਾਂ ਇਸ ਕੁਐਸਚਨ ਦਾ ਫਰਸਟ ਆਪਸ਼ਨ ਜਿਹੜਾ ਕਰੈਕਟ ਹੋ ਜਾਵੇਗਾ। ਹਾਂਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਜਦੋਂ ਪ੍ਰਕਾਸ਼ ਦੀ ਕਿਰਨ ਹਵਾ ਤੋਂ ਕੱਚ ਦੀ ਸਲੇਵ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਚਾਰ ਆਪਸ਼ਨ ਨੇ ਫਰਸਟ ਦਿੱਤਾ ਹੈ ਤਰੰਗ ਲੰਬਾਈ ਘਟ ਜਾਂਦੀ ਹੈ। ਸੈਕੰਡ ਦਿੱਤਾ ਜੀ ਤਰੰਗ ਲੰਬਾਈ ਵੱਧ ਜਾਂਦੀ ਹੈ। ਥਰਡ ਹੈਗਾ ਇਸ ਦੀ ਅਵਰਤੀ ਵੱਧ ਜਾਂਦੀ ਹੈ ਤੇ ਫੋਰਥ ਹੈਗਾ ਇਸ ਤੇ ਕੋਈ ਅਸਰ ਨਹੀਂ ਹੁੰਦਾ। ਹਾਂਜੀ ਜਦੋਂ ਪ੍ਰਕਾਸ਼ ਦੀ ਕਿਰਨ ਹਵਾ ਤੋਂ ਕੱਚ ਦੀ ਸਲੇਵ ਵਿੱਚ ਦਾਖਲ ਹੁੰਦੀ ਹੈ ਤਾਂ ਇਸ ਦੀ ਤਰੰਗ ਲੰਬਾਈ ਹੈ ਜਿਹੜੀ ਘਟ ਜਾਂਦੀ ਹੈ। ਯਾਨੀ ਕਿ ਵੇਵ ਲੈਂਥ ਜਿਹੜੀ ਇਸ ਦੀ ਕੱਟ ਜਾਂਦੀ ਹੈ অপশন 1st ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਇੱਕ ਬਾਲਗ ਵਿਅਕਤੀ ਦੀ ਸਪਸ਼ਟ ਦੇਖਣ ਦੀ ਘੱਟੋ ਘੱਟ ਦੂਰੀ ਕਿੰਨੀ ਹੁੰਦੀ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਜੀ ਇੱਕ ਬਾਲਗ ਵਿਅਕਤੀ ਦੀ ਸਪਸ਼ਟ ਦੇਖਣ ਦੀ ਘੱਟੋ ਘੱਟ ਦੂਰੀ ਹੁੰਦੀ ਹੈ ਜੀ 25 ਸੈਂਟੀਮੀਟਰ অপਸ਼ਨ B ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ 25 ਸੈਂਟੀਮੀਟਰ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਦੂਰ ਦ੍ਰਿਸ਼ਟੀ ਦੋਸ਼ ਵਾਲਾ ਵਿਅਕਤੀ ਨਹੀਂ ਦੇਖ ਸਕਦਾ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਹੈਗਾ ਜੀ ਫਸਟ ਦਿੱਤਾ ਨੇੜੇ ਦੀਆਂ ਵਸਤੂਆਂ ਸੈਕਿੰਡ ਦਿੱਤਾ ਦੂਰ ਦੀਆਂ ਵਸਤੂਆਂ ਥਰਡ ਦਿੱਤਾ ਜੀ ਕੋਈ ਵਸਤੂ ਨਹੀਂ ਦੇਖ ਸਕਦਾ ਤੇ ਫੋਰਥ ਦਿੱਤਾ ਇਹਨਾਂ ਵਿੱਚੋਂ ਕੋਈ ਨਹੀਂ ਉਹਨੇ ਆਪਾਂ ਕੀਤਾ ਸੀ ਦੂਰ ਦ੍ਰਿਸ਼ਟੀ ਦੋਸ਼ ਵਿੱਚ ਕੀ ਹੁੰਦਾ ਜੀ ਰੋਗੀ ਦੂਰ ਦੀਆਂ ਵਸਤੂਆਂ ਸਾਫ਼ ਦੇਖ ਸਕਦਾ ਪਰ ਨੇੜੇ ਦੀਆਂ ਵਸਤੂਆਂ ਨਹੀਂ ਦੇਖ ਸਕਦਾ ਤਾਂ ਇਸ ਕੁਸ਼ਨ ਦਾ ਫਸਟ ਆਪਸ਼ਨ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਕਿ ਉਹ ਵਿਅਕਤੀ ਜਿਹੜਾ ਨੇੜੇ ਦੀਆਂ ਵਸਤੂਆਂ ਨਹੀਂ ਦੇਖ ਸਕਦਾ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਮਨੁੱਖੀ ਅੱਖ ਦਾ ਦੁਰੇਡਾ ਬਿੰਦੂ ਕੀ ਹੈ ਹਾਂਜੀ ਆਪਾਂ ਮਨੁੱਖੀ ਅੱਖ ਦਾ ਦੁਰੇਡਾ ਬਿੰਦੂ ਦੱਸਣਾ ਹੈ ਚਾਰ ਆਪਸ਼ਨ ਨੇ ਫਸਟ ਹੈਗਾ 25 ਸੈਂਟੀਮੀਟਰ ਤੇ ਸੈਕੰਡ ਦਿੱਤਾ ਜੀ 50 ਸੈਂਟੀਮੀਟਰ ਤੇ ਥਰਡ ਹੈਗਾ 100 ਸੈਂਟੀਮੀਟਰ ਤੇ ਤੇ ਫੋਰਥ ਹੈਗਾ ਅਨੰਤਤਾ ਯਾਨੀ ਕਿ ਇਨਫਿਨਿਟੀ ਤੇ ਤਾਂ ਮਨੁੱਖੀ ਅੱਖ ਦਾ ਦੁਰੇਡਾ ਬਿੰਦੂ ਹੈਗਾ ਜੀ ਇਨਫਿਨਿਟੀ ਆਪਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਅਨੰਤਤਾ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਪਾਣੀ ਵਿੱਚ ਹਵਾ ਦਾ ਬੁਲਬੁਲਾ ਓਵੇਂ ਹੀ ਕੰਮ ਕਰੇਗਾ ਜਿਵੇਂ ਚਾਰ ਆਪਸ਼ਨ ਦਿੱਤੇ ਹੋ ਨੇ ਫਸਟ ਹੈਗਾ ਉਤਲ ਦਰਪਨ ਸੈਕਿੰਡ ਹੈਗਾ ਜੀ ਉੱਤਲ ਲੈਂਸ ਥਰਡ ਆਪਸ਼ਨ ਦਿੱਤਾ ਹੈ ਅਵਤਲ ਦਰਪਨ ਤੇ ਫੋਰਥ ਹੈਗਾ ਅਵਤਲ ਲੈਂਸ ਹਾਂਜੀ ਪਾਣੀ ਵਿੱਚ ਹਵਾ ਦਾ ਬੁਲਬੁਲਾ ਓਵੇਂ ਹੀ ਕੰਮ ਕਰੇਗਾ ਜਿਵੇਂ ਕਿ ਇੱਕ ਅਵਤਲ ਲੈਂਸ ਕਰਦਾ ਤਾਂ ਇਸ ਕੁਐਸਚਨ ਦਾ ਆਪਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਅਵਤਲ ਲੈਂਸ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਹਾਈਪਰ ਮੈਟਰੋਪੀਆ ਦਾ ਅਰਥ ਕੀ ਹੁੰਦਾ ਹੈ ਵੈਰੀ ਵੈਰੀ ਇੰਪੋਰਟੈਂਟ ਹੈਗਾ ਇਹ ਫਿਰ ਤੋਂ ਰਿਪੀਟ ਕਰ ਦੇਣਾ ਹਾਈਪਰ ਮੈਟਰੋਪੀਆ ਦਾ ਅਰਥ ਹੁੰਦਾ ਹੈ ਚਾਰ ਆਪਸ਼ਨ ਨੇ ਫਸ ਦਿੱਤਾ ਨਿਕੜ ਦ੍ਰਿਸ਼ਟੀ ਦੋਸ਼ ਸੈਕਿੰਡ ਦਿੱਤਾ ਜੀ ਦੂਰ ਦ੍ਰਿਸ਼ਟੀ ਦੋਸ਼ ਥਰਡ ਹੈਗਾ ਰਾਤ ਦਾ ਅੰਨੇਪਣ ਤੇ ਫੋਰਥ ਹੈਗਾ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਹਾਈਪਰ ਮੈਟਰੋਪੀਆ ਦਾ ਅਰਥ ਹੁੰਦਾ ਜੀ ਦੂਰ ਦ੍ਰਿਸ਼ਟੀ ਦੋਸ਼ ਆਪਸ਼ਨ ਬੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਤੇ ਮਾਇਓਪੀਆ ਦਾ ਅਰਥ ਹੁੰਦਾ ਜੀ ਨਿਕੜ ਦ੍ਰਿਸ਼ਟੀ ਦੋਸ਼ ਹਾਂਜੀ ਮਾਇਓਪੀਆ ਦਾ ਅਰਥ ਹੁੰਦਾ ਹੈ ਨਿਕੜ ਦ੍ਰਿਸ਼ਟੀ ਦੋਸ਼ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਜੇਕਰ ਵਾਯੂ ਮੰਡਲ ਨਾ ਹੋਵੇ ਤਾਂ ਧਰਤੀ ਤੋਂ ਆਕਾਸ਼ ਕਿਹੜੇ ਰੰਗ ਦਾ ਦਿਖਾਈ ਦੇਵੇਗਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਜੀ ਜੇਕਰ ਵਾਯੂ ਮੰਡਲ ਨਾ ਹੋਵੇ ਤਾਂ ਧਰਤੀ ਤੋਂ ਆਕਾਸ਼ ਸਾਨੂੰ ਕਾਲੇ ਰੰਗ ਦਾ ਦਿਖਾਈ ਦੇਵੇਗਾ অপਸ਼ਨ 1st ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਹਾਂਜੀ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈਗਾ ਇਹ ਕੁਐਸਚਨ ਤੁਹਾਡੇ ਲਈ ਹੈਗਾ ਜੀ ਇਸ ਦਾ ਆਨਸਰ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਅੱਖ ਵਿੱਚ ਦਾਖਲ ਹੋ ਰਹੇ ਪ੍ਰਕਾਸ਼ ਨੂੰ ਕੰਟਰੋਲ ਕਰਦੀ ਹੈ ਚਾਰ ਆਪਸ਼ਨ ਨੇ ਫਸ ਦਿੱਤਾ ਹੈ ਪੁਤਲੀ ਸੈਕਿੰਡ ਦਿੱਤਾ ਜੀ ਆਇਰਿਸ ਥਰਡ ਹੈ ਗਿਆ ਰੈਟੀਨਾ ਤੇ ਫੋਰਥ ਹੈ ਸਿਲਰੀ ਪੱਟੇ ਇਸ ਦਾ ਆਨਸਰ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਕਿ ਅੱਖ ਵਿੱਚ ਦਾਖਲ ਹੋ ਰਹੇ ਪ੍ਰਕਾਸ਼ ਨੂੰ ਕੰਟਰੋਲ ਕੌਣ ਕਰਦੀ ਹੈ ਹਾਂਜੀ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਹੈਲਪਫੁਲ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਹਾਂਜੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਆਪਣੇ ਦੋਸਤਾਂ ਦੇ ਨਾਲ WhatsApp, Facebook, Instagram ਜਿੱਥੇ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਵੱਧ ਤੋਂ ਵੱਧ ਸ਼ੇਅਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਹੈ ਫਸਟ ਟਾਈਮ ਸਾਡੀ ਵੀਡੀਓ ਵੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਜਿਹੜੀ ਟਾਈਮ ਨਾਲ ਮਿਲਦੀ ਰਹੇ ਹਾਂਜੀ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ Take care.